ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਕਾਰਯੋਗ ਸਾਧ ਸੰਗਤ ਜੀਓ ਜਿਵੇਂ ਦਸ਼ਮੇਸ਼ ਪਿਤਾ ਜੀ ਦਾ ਗਰਬਾਕ ਹੈ ਕਿ ਜਾਗਤ ਜੋਤ ਜਪੇ ਨਿਸਵਾਸਰ ਇੱਕ ਬਿਨਾ ਮਨ ਨੈਕ ਨਾਨੇ ਪੂਰਨ ਪ੍ਰੇਮ ਪ੍ਰਤੀਤ ਸਜੇ ਬਰਤ ਗੋੜ ਮੜੀ ਮਠਪੂਲ ਦਾ ਮਾਨੇ ਦੇਖੋ ਦਸ਼ਮੇਸ਼ ਜੀ ਨੇ ਸਾਨੂੰ ਇਹ ਆਖਿਆ ਕਿ ਕੇਵਲ ਤੇ ਕੇਵਲ ਇੱਕ ਦੀ ਪੂਜਾ ਕਰਨੀ ਅਕਾਲ ਦੀ ਪੂਜਾ ਕਾਲ ਦੀ ਪਰਚਾ ਸ਼ਬਦ ਦਾ ਤੇ ਦਿਦਾਰ ਖਾਲਸੇ ਦੇ ਇਹ ਹਰੇਕ ਗੁਰਸਿੱਖ ਦਾ ਧਰਮ ਹੋਣਾ ਚਾਹੀਦਾ ਹੈ ਪਰ ਕਿਉਂਕਿ ਅੱਜ ਕੱਲ ਦੇ ਸਮੇਂ ਦੇ ਅੰਦਰ ਅਸੀਂ ਕੇਵਲ ਤੇ ਕੇਵਲ ਇੱਕ ਨਾਂ ਦੇ ਹੀ ਸਿੱਖ ਹਾਂ ਅਸੀਂ ਅੰਮ੍ਰਿਤ ਵੀ ਛਕ ਲੈਂਦੇ ਹਾਂ ਬਾਣਾ ਵੀ ਪਾ ਲੈਂਦੇ ਹਾਂ ਪਰ ਸਾਡੇ ਅੰਦਰ ਕੇਵਲ ਤੇ ਕੇਵਲ ਸਵਾਰਥ ਜਿਹੜਾ ਹਨਾ ਉਹਦੀ ਪੂਰਤੀ ਦੇ ਵਾਸਤੇ ਅਸੀਂ ਕੁਝ ਵੀ ਕਰਨ ਨੂੰ ਤਿਆਰ ਹੋ ਜਾਂਦੇ ਹਾਂ ਬਰੋ ਸਾਡਾ ਜਿਹੜਾ ਦਿਖਾਵਾ ਚਾਹੀ ਸਿੱਖੀ ਪੇਸ਼ ਦਾ ਕਿਉਂ ਨਾ ਹੋਵੇ ਪਰ ਅੰਦਰੋਂ ਅੰਦਰੀ ਅਸੀਂ ਸਵਾਰਥ ਦੇ ਵਾਸਤੇ ਕੁਝ ਵੀ ਗੁਜਨ ਵਾਸਤੇ ਤਿਆਰ ਹੋ ਜਾਂਦੇ ਆ ਫੇਰ ਜਦੋਂ ਇਹ ਜਿਹੜਾ ਸਵਾਰਥ ਦਾ ਕੀਤਾ ਹੋਇਆ ਕੰਮ ਜਿਸ ਦਾ ਭਗਤਾਨ ਫਿਰ ਸਾਨੂੰ ਬਾਅਦ ਦੇ ਵਿੱਚ ਕਰਨਾ ਪੈਂਦਾ ਹੈਗਾ ਫੇਰ ਸਾਨੂੰ ਪਤਾ ਲੱਗਦਾ ਕਿ ਸਾਨੂੰ ਦਸ਼ਮੇਸ਼ ਪਿਤਾ ਜੀ ਨੇ ਇਹ ਕਿਉਂ ਆਖਿਆ ਸੀ ਕਿ ਕੇਵਲ ਤੇ ਕੇਵਲ ਜਾਗਤ ਜੋਤ ਕਲਪੁਰਖ ਦੀ ਹੀ ਪੂਜਾ ਕਰਨੀ ਹੈ ਇਸੇ ਵਿੱਚੋਂ ਹੀ ਸਿੱਖ ਨੂੰ ਸਭ ਕੁਝ ਪ੍ਰਾਪਤ ਹੋ ਜਾਏਗਾ ਇਸੇ ਕਰਕੇ ਕਲਗੀਧਰ ਮਹਾਰਾਜ ਨੇ ਸਾਨੂੰ ਜਾਬ ਸਾਹਿਬ ਦੇ ਅੰਦਰ ਜੋ ਵਿਸ਼ੇਸ਼ਤਾਈਆਂ ਜੋ ਗੁਣ ਜੋ ਸਿਫਤਾਂ ਉਸ ਕਾਲਪੁਰਖ ਦੀਆਂ ਦਸੀਆਂ ਹੈਗੀਆਂ ਐਸਾ ਸੰਸਾਰ ਦੇ ਅੰਦਰ ਤਿੰਨਾ ਲੋਕਾਂ ਦੇ ਅੰਦਰ ਕੋਈ ਦੱਸ ਨਹੀਂ ਸਕਦਾ ਹੈਗਾ ਇਸੇ ਕਰਕੇ ਸਿੱਖ ਨੂੰ ਸचेਤ ਹੋਣ ਦੀ ਲੋੜ ਪਰ ਕਈ ਭੋਲੇ ਸਿੱਖ ਜਿਹੜੇ ਆਪਣੇ ਸਵਾਰਥ ਦੇ ਵਾਸਤੇ ਕੁਝ ਅਨਮਤੀਆਂ ਦੀਆਂ ਗੱਲਾਂ ਦੇ ਵਿੱਚ ਲਗਾ ਕੇ ਇਧਰ ਉਧਰ ਭਟਕੇ ਜਾਂਦੇ ਆ ਫਿਰ ਉਹਨਾਂ ਦੇ ਭਟਕਣ ਤੋਂ ਬਾਅਦ ਜੋ ਉਹਨਾਂ ਨੂੰ ਫੇ ਨਤੀਜਾ ਭੁਗਤਣਾ ਪੈਂਦਾ ਹੈਗਾ ਉਹ ਫਿਰ ਬੜਾ ਘਾਤਕ ਹੁੰਦਾ ਹੈਗਾ ਦਾਸ ਅੱਜ ਇਸੇ ਵਿਸ਼ੇ ਦੇ ਉੱਤੇ ਇੱਕ ਸਿੱਖ ਪਰਿਵਾਰ ਦੀ ਜਿਹੜੀ ਸਾਡੇ ਬੀਤੀ ਆ ਉਹ ਦਾਸ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰੇਗਾ ਸੋ ਉਹ ਜਿਹੜਾ ਪਰਿਵਾਰ ਸਗਾ ਉਹ ਦੱਸਦਾ ਸਗਾ ਕਿ ਅਸੀਂ ਖਾਸ ਕਰਕੇ ਜ਼ਿੰਮੇਵਾਰਾ ਕੰਮ ਕਰਦੇ ਸੀ ਤੇ ਜ਼ਿੰਮੇਵਾਰਾ ਕੰਮ ਦੇ ਅੰਦਰ ਕਹਿੰਦੇ ਵੀ ਕਦੇ ਨਾ ਕਦੇ ਸਾਡਾ ਜਿਹੜਾ ਟਰੈਕਟਰ ਸਿਕਾ ਉਹ ਖਰਾਬ ਹੋ ਜਾਣਾ ਕਦੇ ਇੱਕ ਨਾ ਕਦੇ ਸਾਡਾ ਇੰਜਣ ਖਰਾਬ ਹੋ ਜਾਣਾ ਪਰ ਆਮ ਤੌਰ ਤੇ ਅਸੀਂ ਦੇਖਦੇ ਆ ਕਿ ਜਿਹੜੀ ਮਸ਼ੀਨਰੀ ਚੱਲਦੀ ਆ ਅਕਸਰ ਉਹ ਕਿਤੇ ਨਾ ਕਿਤੇ ਖਰਾਬ ਤਾਂ ਹੋ ਹੀ ਜਾਂਦੀ ਆ ਔਰ ਖਾਸ ਕਰਕੇ ਜਿਹੜੀ ਮਸ਼ੀਨਰੀ ਪੁਰਾਣੀ ਲਈ ਜਾਵੇ ਤੇ ਉਹ ਜ਼ਿਆਦਾ ਖਰਾਬ ਹੋ ਜਾਂਦੀ ਆ ਪਰ ਕਹਿੰਦੇ ਵੀ ਜਦੋਂ ਸਾਡੇ ਦੇ ਉੱਤੇ ਮਸ਼ੀਨਰੀ ਦੇ ਮੁਰੰਮਤ ਦਾ ਜਿਹੜਾ ਬੋਝ ਸਿਕਾ ਜ਼ਿਆਦਾ ਪੈਣ ਲੱਗਾ ਤੇ ਕਹਿੰਦੇ ਕਿਸੇ ਅਨਮਤੀ ਦੇ ਪਿਛੇ ਅਸੀਂ ਲੱਗ ਕੇ ਅਸੀਂ ਉਹਦੀ ਗੱਲਾਂ ਦੇ ਵਿੱਚ ਆ ਗਏ ਉਸਨੇ ਸਾਨੂੰ ਇਹ ਦੱਸਿਆ ਕਿ ਇਹ ਸਾਡਾ ਤੁਹਾਡਾ ਕੰਮ ਜੋ ਘਰ ਦੇ ਵਿੱਚ ਖਰਾਬ ਹੁੰਦਾ ਹਨ ਇਹ ਫਲਾਣੇ ਇੱਕ ਮੜੀ ਵਾਲੇ ਇੱਕ ਕਬਰ ਵਾਲੇ ਪੀਰ ਆ ਉਹਦੀ ਵਜ੍ਹਾ ਨਾਲ ਹੁੰਦਾ ਹੈਗਾ ਅਗਰ ਤੁਸੀਂ ਉਸ ਮੜੀ ਵਾਲੇ ਪੀਰ ਦੀ ਕਬਰ ਵਾਲੇ ਦੀ ਸੇਵਾ ਪੂਜਾ ਕਰੋ ਤੇ ਤੁਹਾਡੇ ਸਾਰੇ ਕਾਰਜ ਜਿਹੜਾ ਨਾ ਸਿੱਧ ਹੋ ਜਾਣਗੇ ਦੇਖੋ ਉਸ ਅਣਮਤੀਏ ਨੇ ਉਸ ਗਰ ਸਿੱਖ ਪਰਿਵਾਰ ਨੂੰ ਆਪਣੀਆਂ ਗੱਲਾਂ ਦੇ ਵਿੱਚ ਐਸਾ ਰੁਝਾ ਲਿਆ ਐਸਾ ਪਰਮਾ ਲਿਆ ਕਿ ਉਹ ਜਿਹੜਾ ਪਰਿਵਾਰ ਆ ਕੱਲ ਕੀ ਧਰਮ ਮਰਦ ਦੇ ਬੱਚ ਨਹੀਂ ਭੁੱਲ ਗਿਆ ਕਿ ਪੂਜਾ ਕਾਲ ਦੀ ਪਰਚਾ ਸ਼ਬਦ ਦਾ ਦੀਦਾਰ ਖਾਲਸੇ ਦੇ ਤੇ ਉਹਨਾਂ ਨੇ ਉਸ ਜਿਹੜੀ ਮੜੀ ਸੀ ਕਬਰ ਸੀ ਉਹਦੀ ਪੂਜਾ ਕਰਨੀ ਸ਼ੁਰੂ ਕਰ ਦਿੱਤੀ ਸੋ ਇਹ ਜਿਹੜਾ ਪਰਿਵਾਰ ਸੀਗਾ ਇਹ ਹਰੇਕ ਵੀਰਵਾਰ ਉਸ ਕਬਰ ਤੇ ਜਾਂਦਾ ਸੀਗਾ ਉੱਥੇ ਜਾ ਕੇ ਉੱਥੇ ਝਾੜੂ ਬਹਾਰੂ ਵੀ ਕਰਦਾ ਤੇ ਉੱਥੇ ਰੋਜ਼ ਵੀਰਵਾਰ ਜਿਹੜਾ ਸੀਗਾ ਉਹ ਰੋਟ ਵੀ ਚੜਾਉਂਦਾ ਹੁੰਦਾ ਸੀ ਉਹਨਾਂ ਟਾਈਮਾਂ ਦੇ ਵਿੱਚ ਇਸ ਤਰ੍ਹਾਂ ਇਹ ਵੀਰਵਾਰ ਦੇ ਵੀਰਵਾਰ ਸੇਵਾ ਕਰਦੇ ਹੁੰਦੇ ਸੀ ਔਰ ਇਸ ਪਰਵਾਰ ਦੀ ਇੱਕ ਬੱਚੀ ਸੀਗੀ ਹੁਣ ਜਿੱਥੇ ਸਾਰਾ ਪਰਿਵਾਰ ਜਾਂਦਾ ਮਾਪੇ ਜਾਂਦੇ ਆ ਤੇ ਭਰਾ ਜਾਂਦੇ ਆ ਤੇ ਉਹ ਜਿਹੜੀ ਲੜਕੀ ਸੀ ਉਹਨੇ ਵੀ ਤਾਂ ਆਪਣੇ ਪਰਿਵਾਰ ਦੇ ਪਿੱਛੇ ਤੁਰਨਾ ਸੀਗਾ ਇਸ ਕਰਕੇ ਉਹ ਜਿਹੜੀ ਲੜਕੀ ਸੀ ਉਹ ਵੀ ਉਸ ਪੀਰ ਦੀ ਜਗ੍ਹਾ ਤੇ ਜਾ ਕੇ ਸੇਵਾ ਕਰਨ ਲੱਗ ਪਈ ਉਹਨੇ ਵੀ ਜਾ ਕੇ ਉੱਥੇ ਪ੍ਰਸ਼ਾਦ ਖਾਣਾ ਉਸ ਤੋਂ ਬਾਅਦ ਉੱਥੇ ਝਾੜੂ ਬਹਾਰੂ ਕਰਨਾ ਤੇ ਹੋਰ ਵੀ ਜੋ ਮਾੜੀ-ਮੋਟੀ ਸੇਵਾ ਉਹਨੂੰ ਨਜ਼ਰ ਆਉਣੀ ਉਹਨੇ ਵੀ ਕਰਦੀ ਰਹਿਣਾ ਇਸ ਤਰ੍ਹਾਂ ਕਰਦੇ-ਕਰਦੇ ਜਦ ਥੋੜਾ ਸਮਾਂ ਲੰਘਿਆ ਉਸ ਤੋਂ ਬਾਅਦ ਜਿਵੇਂ ਭਾਈ ਗਰਦਾਸ ਜੀ ਦੀ ਵਚਨ ਵਾ ਕਿ ਭੂਤ ਨੇ ਭੂਤ ਮੰਗੇ ਹੋਤ ਨਾ ਸੁਪੁੱਤੀ ਕੋ ਜੀ ਕੋ ਪਰਤ ਸੰਸੇ ਤਿਆਗੇ ਹੁਣਾ ਤਿਆਗੇ ਕਿਉਂਕਿ ਭਾਈ ਸਾਹਿਬ ਹੁਣ ਸਾਨੂੰ ਦੱਸਿਆ ਹੈਗਾ ਕਿ ਅਗਰ ਕੋਈ ਭੂਤਾਂ ਪ੍ਰੇਤਾਂ ਦੀ ਸੇਵਾ ਕਰੇ ਤੇ ਫਿਰ ਕਹਿੰਦੇ ਵੀ ਉਹਨਾਂ ਤੋਂ ਕਿਸੇ ਫਲ ਦੀ ਇਸ਼ਾਰ ਰੱਖੇ ਫਲ ਤਾਂ ਕਹਿੰਦੇ ਕੀ ਮਿਲਣਾ ਹੈ ਉਲਟਾ ਕਹਿੰਦੇ ਜਿਹੜੇ ਭੂਤ ਪ੍ਰੇਤ ਹੁੰਦੀਆਂ ਇਹੋ ਜਿਹੜੀਆਂ ਬਦਰੂਹਾ ਹੁੰਦੀਆਂ ਹਨ ਉਸ ਆਦਮੀ ਦੇ ਉੱਤੇ ਆਪਣਾ ਦਬਦਬਾ ਬਣਾ ਲੈਂਦੀਆਂ ਹੈ ਤੇ ਜੋ ਉਹਨਾਂ ਦਾ ਪੂਰਾ ਦਬਦਬਾ ਬਣ ਜਾਂਦਾ ਹਨ ਤੇ ਫਿਰ ਇਹ ਚੀਜ਼ਾਂ ਜਿਹੜੀਆਂ ਉਸ ਆਦਮੀ ਨੂੰ ਉਸ ਪਰਿਵਾਰ ਨੂੰ ਆਪਣੇ ਧਾਰੇ ਦੇ ਵਿੱਚੋਂ ਕਦੀ ਨਹੀਂ ਛੱਡਦੀ ਆਪਣੇ ਹਮੇਸ਼ਾ ਕੰਟਰੋਲ 'ਚ ਰੱਖ ਲੈਂਦੀਆਂ ਤੇ ਇਹੋ ਜਿਹੇ ਪਰਿਵਾਰ ਜਿਹੜੇ ਭੂਤਾਂ ਪ੍ਰੇਤਾਂ ਨੂੰ ਮੰਨਣ ਵਾਲੇ ਜਠੇਰਿਆਂ ਨੂੰ ਮੰਨਣ ਵਾਲੇ ਜਦ ਇਹਨਾਂ ਚੀਜ਼ਾਂ ਦੇ ਪ੍ਰਭਾਵ ਦੇ ਥੱਲੇ ਆ ਜਾਂਦੇ ਆ ਫਿਰ ਸਮਾ ਉਹ ਵੀ ਆ ਜਾਂਦਾ ਹੈ ਜਦ ਮੌਤ ਤੋਂ ਬਾਅਦ ਇਹ ਰੂਹਾਂ ਧਰਮਰਾਹ ਦੀ ਕਚਰੀ ਜਾਂਦੀਆਂ ਤੇ ਫਿਰ ਧਰਮਰਾਜ ਜਿਵੇਂ ਸੋਲੇਮੰਦ ਪ੍ਰੇਤ ਹੋਇਆ ਉਸ ਨੂੰ ਇਹਨਾਂ ਮਲੀਨ ਰੂਹਾਂ ਦੇ ਵਿੱਚ ਮਿਲਾ ਦਿੱਤਾ ਸੀਗਾ ਇਸ ਤਰ੍ਹਾਂ ਇਹ ਵੀ ਰੂਹਾਂ ਜਿਹੜੀਆਂ ਹਨ ਫਿਰ ਮਲੀਨ ਰੂਹਾਂ ਦੇ ਵਿੱਚ ਮਿਲਾ ਦਿੱਤੀਆਂ ਜਾਂਦੀਆਂ ਹਨ ਭਾਵੇਂ ਕਿ ਜਾਂ ਫਿਰ ਇਹੋ ਜਿਹੇ ਲੋਕੀ ਹੈਗੇ ਹਨ ਮਨ ਤੋਂ ਬਾਅਦ ਫਿਰ ਭੂਤ ਪ੍ਰੇਤ ਬਣ ਕੇ ਫਿਰ ਇਸੇ ਧਰਤੀ ਦੇ ਉੱਤੇ ਘੁੰਮਦੇ ਰਹਿੰਦੇ ਆ ਸੋ ਪਰਿਵਾਰ ਦਾ ਵੀ ਐਸਾ ਅਸਰ ਹੋਇਆ ਉਸ ਜਗ੍ਹਾ ਨੂੰ ਪੂਜਣ ਦਾ ਕਿ ਉਸ ਪਰਿਵਾਰ ਦੇ ਵਿੱਚ ਇੱਕ 18-19 ਸਾਲ ਦੀ ਨੌਜਵਾਨ ਬੱਚੀ ਜਿਹੜੀ ਉਸ ਪੀਰ ਦੀ ਕਬਰ ਦੀ ਸੇਵਾ ਕਰਦੀ ਹੁੰਦੀ ਸੀ ਉਸ ਬੱਚੀ ਦੇ ਉੱਤੇ ਪੀਰ ਨੇ ਆਪਣਾ ਪੂਰਾ ਦਬਦਬਾ ਬਣਾ ਲਿਆ ਉਹ ਜਿਹੜੀ ਰੂਹ ਨੇ ਆਪਣਾ ਦਬਦਬਾ ਬਣਾਇਆ ਹਨ ਤਾਂ ਬਸ ਉਹ ਜਿਹੜੀ ਬੱਚੀ ਸੀ ਰਾਤ ਨੂੰ ਉਹ ਸਾਰੇ ਪਰਿਵਾਰ ਨੂੰ ਤੰਗ ਕਰਿਆ ਕਰੇ ਤੇ ਪੀਰ ਜਿਹੜਾ ਸੀਗਾ ਉਹ ਆ ਕੇ ਉਸ ਬੱਚੀ ਦੇ ਸਿਰ ਤੇ ਆ ਕੇ ਬੋਲਿਆ ਕਰੇ ਕਿ ਇਸ ਘਰ ਦੇ ਵਿੱਚ ਮੇਰੀ ਮੜੀ ਬਣਾਵੋ ਮੇਰੀ ਕਪੜਾ ਬਣਾਵੋ ਮੇਰੇ ਨਾਂ ਦਾ ਦੀਵਾ ਬੱਤੀ ਕਰੋ ਤੇ ਮੇਰੀ ਤੁਸੀਂ ਸਾਰਾ ਪਰਿਵਾਰ ਪੂਜਾ ਕਰੋ ਜਦੋਂ ਲੜਕੀ ਜਿਹੜੀ ਸੀ ਰਾਤ ਨੂੰ ਬੋਲਿਆ ਕਰੇ ਉਹ ਜਿਹੜਾ ਸਾਰਾ ਪਰਿਵਾਰ ਬੜਾ ਸਹਿਮ ਗਿਆ। ਹੁਣ ਉਹਨਾਂ ਦੀ ਇੱਕੋ ਇੱਕ ਲੜਕੀ ਸੀਗੀ ਤੇ ਸੀਗੀ ਵੀ ਹੁਣ ਦੇਖੋ 18-19 ਸਾਲ ਦੀ ਜਵਾਨ ਤੇ ਗਾਂ ਬਿਉਣੀ ਵੀ ਸੀ। ਇਸ ਕਰਕੇ ਉਹ ਘਰ ਦੇ ਬੜੇ ਘਬਰਾ ਗਏ। ਪਰ ਇਹ ਗੱਲ ਵਾਰ ਨਾ ਜਾਵੇ। ਇਸੇ ਕਰਕੇ ਉਸ ਪਰਵਾਰ ਨੇ ਗੱਲ ਜਿਹੜੀ ਸੀ ਅੰਦਰ ਹੀ ਅੰਦਰ ਦੱਬ ਲਈ। ਪਰ ਹੁਣ ਮਨ ਦੇ ਵਿੱਚ ਇਹ ਆਇਆ ਕਿ ਹੁਣ ਇਹਦਾ ਇਲਾਜ ਕਿ ਕੀਤਾ ਜਾਵੇ। ਅਗਰ ਘਰ ਦੇ ਵਿੱਚ ਅਸੀਂ ਜਗ੍ਹਾ ਬਣਾਉਂਦੇ ਆਂ, ਦੀਵਾ ਬਣਾਉਂਦੇ ਆਂ, ਚਰਾਗ ਬੱਤੀ ਕਰਦੇ ਆਂ। ਤਾਂ ਫੇਰ ਭਾਈ ਵੈਸੇ ਬਾਹਰਲੇ ਤੌਰ ਦੇ ਉੱਤੇ ਲੋਕੀ ਸਾਨੂੰ ਸਰਦਾਰ ਜੀ ਅੱਖ ਦੇ ਵੀ ਸਰਦਾਰਾਂ ਦਾ ਘਰ ਹੈ ਅਸੀਂ ਸਾਰੇ ਪਰਿਵਾਰ ਨੇ ਅਮਰ ਛਕਿਆ ਹੈ ਔਰ ਅਮਰ ਛਕਣ ਦੇ ਨਾਲ ਅਗਰ ਅਸੀਂ ਇਸ ਮੜੀ ਜਾਂ ਮਸਜਿਦ ਨੂੰ ਘਰ ਦੇ ਵਿੱਚ ਬਣਾ ਲਈ ਤੇ ਲੋਕੀ ਸਾਡੇ ਬਾਰੇ ਕੀ ਸੋਚਣਗੇ ਤੇ ਦੂਸਰਾ ਇਹ ਸਗਾ ਕਿ ਦੇਖੋ ਉਹ ਜਿਹੜੀ ਵੀਰ ਦੀ ਰੂਹ ਸੀ ਹਨਾ ਉਹਣਾ ਨੇ ਇਹਨਾਂ ਪਰਿਵਾਰ ਦੀ ਇੱਕੋ ਇੱਕ ਲੜਕੀ ਜਿਹੜੀ 18-19 ਸਾਲ ਦੀ ਸੀ ਉਹ ਆਪਣੀ ਪਕੜ ਦੇ ਵਿੱਚ ਲਈ ਹੋ ਸੀ ਜਦ ਪਕੜ ਜੇ ਲਈ ਸੀ ਜਦ ਵੀ ਰਾਤ ਨੂੰ ਸਮਾ ਆਉਣਾ ਉਹ ਪੀਰ ਦੀ ਰੂਹ ਨੇ ਲੜਕੀ ਦੇ ਉੱਤੇ ਆ ਕੇ ਬੋਲਣਾ ਕਿ ਮੇਰੀ ਇਸ ਘਰ ਦੇ ਵਿੱਚ ਕਬਰ ਬਣਾਵੋ ਦੀਵਾ ਜਗਾਓ ਮੇਰੀ ਪੂਜਾ ਕਰੋ ਤੇ ਮੇਰੇ ਆਰਤੀ ਕਰੋ ਵਗੈਰਾ ਸਾਰਾ ਕੁਝ ਕਰਨਾ ਮੇਰੇ ਨਾਂ ਦਾ ਰੋਟੇ ਦੇ ਉੱਪਰ ਪ੍ਰਸ਼ਾਦ ਕੱਢੋ ਇਹ ਦਾਤ ਕਿ ਜਦੋਂ ਪੀਰ ਬੋਲਿਆ ਕਰੇ ਸਾਰਾ ਪਰਿਵਾਰ ਜਿਹੜਾ ਸਗਾ ਸੁੱਨ ਹੋ ਕੇ ਰਹਿ ਜਾ ਕਰੇ ਡਰਿਆ ਕਰੇ ਫਿਰ ਉਸ ਪਰਿਵਾਰ ਨੇ ਕਿਸੇ ਸਿੱਖ ਦੇ ਨਾਲ ਗੱਲ ਕੀਤੀ ਵੀ ਸਾਡੇ ਘਰ ਦੇ ਵਿੱਚ ਇੱਕ ਵੱਡੀ ਭਾਰੀ ਸਮੱਸਿਆ ਆ ਗਈ ਆ ਕਿ ਇੱਕ ਜਗਾ ਵਾਲਾ ਪੀਰ ਜਿਹਦੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਸੀ ਉਹ ਸਾਡੇ ਹਨ ਲੜਕੀ ਦੇ ਸਿਰ ਤੇ ਆਉਣ ਲੱਗ ਪਿਆ ਹੈਗਾ ਜਦ ਉਸ ਪਰਿਵਾਰ ਨੇ ਕਿਸੇ ਸਿੱਖ ਦੇ ਨਾਲ ਗੱਲ ਕੀਤੀ ਉਸਨੇ ਵੀ ਆਖਿਆ ਕਹਿੰਦੇ ਭਾਈ ਵੀ ਤੁਸੀਂ ਕਿਹੜੇ ਚੱਕਰ 'ਚ ਫਸ ਗਏ ਆ ਸੋ ਇਹ ਜਿਹੜੇ ਪੀਰ ਆ ਜਿਸ ਨੂੰ ਆਪਣੀ ਪਕੜ ਦੇ ਵਿੱਚ ਲੈ ਲੈਣਾ ਤੇ ਇਹ ਸਿੱਝੇ ਕਿਤੇ ਉਹਨੂੰ ਛੱਡਦੇ ਨਹੀਂ ਹੈਗੇ ਤੇ ਇਸ ਕਰਕੇ ਭਾਈ ਤੁਹਾਨੂੰ ਕੋਈ ਉਪਾਅ ਕਰਨਾ ਚਾਹੀਦਾ ਹੈਗਾ ਫਿਰ ਸਾਰਾ ਪਰਿਵਾਰ ਕੇ ਵੀ ਹੁਣ ਕਰੀਏ ਨਾ ਕੀ ਕਰੀਏ ਉਹ ਕਹਿਣ ਲੱਗੇ ਕਿ ਇਸ ਤਰ੍ਹਾਂ ਕਰੋ ਤੁਹਾਡੇ ਘਰ ਦੇ ਵਿੱਚ ਕਾਫੀ ਕਮਰੇ ਆ ਤੇ ਇੱਕ ਕਮਰੇ ਦੀ ਤੁਸੀਂ ਸਾਫ ਸਫਾਈ ਕਰਕੇ ਉੱਥੇ ਧੰਨ ਧੰਨ ਸਾਫ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰ ਲਓ ਤੇ ਉੱਥੇ ਸਾਰਾ ਪਰਿਵਾਰ ਬਾਣੀ ਪੜਿਆ ਕਰੋ ਤੇ ਜਦੋਂ ਮਹਾਰਾਜ ਦਾ ਪ੍ਰਕਾਸ਼ ਹੋਊਗਾ ਤੇ ਫਿਰ ਪੀਰ ਦੀ ਰੂ ਤੁਹਾਡੇ ਘਰ ਦੇ ਵਿੱਚ ਪ੍ਰਵੇਸ਼ ਨਹੀਂ ਕਰੂਗੀ ਸੋ ਇਹ ਜਿਹੜੀ ਗੱਲ ਸੀ ਉਸ ਪਰਿਵਾਰ ਨੂੰ ਬੜੀ ਸੋਹਣੀ ਲੱਗੀ ਉਹਨਾਂ ਨੇ ਕੀ ਕੀਤਾ ਜਾ ਕੇ ਘਰ ਦੇ ਵਿੱਚ ਧੰਨ ਧੰਨ ਸਾਫ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰ ਲਿਆ ਤੇ ਆਪ ਬਾਣੀ ਪਾਣੀ ਸ਼ੁਰੂ ਕਰ ਦਿੱਤੀ ਪਰ ਜਦੋਂ ਪ੍ਰਕਾਸ਼ ਕੀਤਾ ਬਾਣੀ ਪਾਣੀ ਸ਼ੁਰੂ ਕਰ ਦਿੱਤੀ ਹੁਣ ਦੇਖੋ ਗਰਵਾਣੀ ਉਸ ਦੀ ਹੀ ਰੱਖਿਆ ਕਰਦੀ ਹੈ ਜਿਹੜੇ ਗੁਰਸਿੱਖ ਰਹਿਤ ਬਾਦ ਦੇ ਵਿੱਚ ਪੱਕੇ ਆ ਪਰ ਇਸ ਪਰਵਾਣ ਉੱਤੇ ਰਹਿਤ ਬਾਦ ਦਾ ਕੋਈ ਪਤਾ ਨਹੀਂ ਲੱਗਾ ਇਹ ਇਹ ਵੀ ਕੰਮ ਕਰਨ ਲੱਗ ਪਏ ਗਰਵਾਣੀ ਵੀ ਪਾਉਣ ਲੱਗ ਪਏ ਤੇ ਪੀਰ ਦੀ ਜਗ੍ਹਾ ਤੇ ਬੀਰਬਰ ਜਾ ਕੇ ਦੀਵੇ ਵੀ ਜਗਾਉਣ ਲੱਗ ਪਏ ਇਸ ਤਰ੍ਹਾਂ ਉੱਥੇ ਵੀ ਮੜੀ ਦੀ ਸੇਵਾ ਕਰਨ ਲੱਗ ਪਏ ਤੇ ਇਸ ਕਰਕੇ ਜਿਹੜਾ ਕੋਈ ਵੀ ਪ੍ਰਾਣੀ ਦੋ ਬੇੜੀਆਂ ਚ ਪੈਰ ਰੱਖਦਾ ਉਹ ਤਾਂ ਪਾਈ ਇੱਕ ਨਾ ਇੱਕ ਦਿਨ ਡੁੱਬਦਾ ਹੀ ਆ ਪਰ ਉਹ ਜਿਹੜਾ ਪੀਰ ਸੀ ਉਸ ਲੜਕੀ ਤੇ ਹੁੰਦਾ ਸੀ ਉਹ ਬੜਾ ਕਲੜਾ ਸੀਗਾ ਉਹ ਇਸ ਪਰਿਵਾਰ ਨੂੰ ਕਿੱਥੇ ਛੱਡਿਆ ਕਰਦੇ ਕਰਦੇ ਪਰਿਵਾਰ ਜਿਹੜਾ ਸੀਗਾ ਹਨਾ ਇੱਕ ਦਿਨ ਰਾਤ ਸੋਚਦਾ ਰਹਿੰਦਾ ਸੀਗਾ ਵੀ ਹੁਣ ਸਾਡਾ ਕੀ ਹੋਊਗਾ ਕਰਦੇ ਕਰਦੇ ਦੇਖੋ ਕਾਰਨ ਐਸਾ ਹੋਇਆ ਕਿ ਤਨਤਨ ਸਾਹਿਬ ਜੀ ਗ੍ਰੰਥ ਸਾਹਿਬ ਮਹਾਰਾਜ ਦਾ ਹੁਣ ਘਰ ਦੇ ਵਿੱਚ ਪ੍ਰਕਾਸ਼ ਕੀਤਾ ਸੀਗਾ ਹੁਣ ਅਕਾਲ ਪੁਰਖ ਪਰਮੇਸ਼ਰ ਨੇ ਕੋਈ ਨਾ ਕੋਈ ਕਾਰਨ ਤਾਂ ਬਣਾਉਣਾ ਹੀ ਸੀਗਾ ਆਪਣੇ ਨਾਮ ਦੀ ਜਿਹੜੀ ਲਾਜ ਆ ਜਾਂ ਵਿਰਧਵਾ ਉਹਦੀ ਪਾਲਣ ਤਾਂ ਵਾਹਿਗੁਰੂ ਨੇ ਕਰਨੀ ਸੀਗੀ ਉਸ ਘਰ ਦੇ ਵਿੱਚ ਹਨਾ ਇੱਕ ਗੁਰਸਿੱਖ ਜੋ ਆਪਣੇ ਆਪ ਨੂੰ ਸਿੱਖ ਹੋਣ ਦਾ ਮਾਣ ਕਹਾਉਂਦੇ ਹੁੰਦੇ ਸਕੇ ਉਸ ਗ੍ਰਹਿ ਦੇ ਵਿੱਚ ਆਇਆ ਜਦ ਉਹਨਾਂ ਦੇ ਉਹ ਰਿਸ਼ਤੇਦਾਰ ਸਿੱਕੇ ਜਿਹੜੇ ਉਸ ਘਰ ਤੇ ਆਏ ਜਦ ਘਰ ਤੇ ਆਏ ਉਸ ਤੋਂ ਬਾਅਦ ਉਹਨਾਂ ਦੇ ਪਰਿਵਾਰ ਦੇ ਇੱਕ ਜੀ ਨੇ ਉਹ ਸਿੱਖ ਨੂੰ ਜਿਹੜੀ ਸੀ ਇਹ ਹੱਡ ਬਿਤੀ ਦਸੀ ਕਿ ਸਾਡਾ ਪਰਿਵਾਰ ਜਿਹੜਾ ਹਨ ਬੜੀ ਮੁਸ਼ਕਲ ਦੀ ਸਥਿਤੀ 'ਚ ਫਸ ਗਿਆ ਹੈ ਫਿਰ ਗੁਰਸਿੱਖ ਕਹਿੰਦਾ ਕਿ ਵੀ ਦੱਸੋ ਕਿਹੜੀ ਗੱਲ ਹੈਗੀ ਆ ਤਾਂ ਫਿਰ ਉਸ ਘਰ ਦੇ ਜੀ ਨੇ ਉਸ ਗੁਰਸਿੱਖ ਨੂੰ ਦੱਸਿਆ ਕੀਕ ਪੀਰ ਦੀ ਅਸੀਂ ਸੇਵਾ ਕਰਦੇ ਆਂ ਤੇ ਉਹ ਜਿਹੜਾ ਪੀਰ ਆ ਸਾਡੀ ਲੜਕੀ ਦੇ ਸਿਰ ਤੇ ਆ ਜਾਂਦਾ ਹੈਗਾ ਇੱਥੇ ਆ ਕੇ ਉਹ ਲੜਕੀ ਦੇ ਉੱਤੇ ਜਦੋਂ ਪੀਰ ਸਿਰ ਤੇ ਆਉਂਦਾ ਲੜਕੀ ਨੂੰ ਕੋਈ ਹੋਸ਼ ਨਹੀਂ ਹੁੰਦੀ ਤੇ ਲੜਕੀ ਫਿਰ ਅਵਾ ਤਵਾ ਉੱਚੀ-ਉੱਚੀ ਬਹੁਤ ਬੋਲਦੀ ਆ ਇੱਥੋਂ ਤੱਕ ਜਿਹੜੀ ਚੀਜ਼ ਉਹਦੇ ਹੱਥ 'ਚ ਆ ਜਾਏ ਉਹ ਪੰਨ ਦਿੰਦੀ ਆ ਸੱਟ ਦਿੰਦੀ ਆ ਤੇ ਕਹਿੰਦੀ ਵੀ ਮੇਰੇ ਘਰ ਦੇ ਵਿੱਚ ਇੱਥੇ ਵੇੜ ਦੇ ਵਿੱਚ ਮੇਰੀ ਜਗ੍ਹਾ ਬਣਾਓ ਕਬਰ ਬਣਾਓ ਦੀਵੇ ਜਗਾਓ ਪੂਜਾ ਕਰੋ ਸਾਰਾ ਕੁਝ ਉਹ ਜਿਹੜੀ ਲੜਕੀ ਉੱਚੀ-ਉੱਚੀ ਕਹਿੰਦੀ ਆ ਇੰਡੀਫੇ ਅਸੀਂ 4-5 ਜੀ ਜਿਹੜੇ ਜਦ ਲੜਕੀ ਨੂੰ ਫੜਦੇ ਆ ਪਰ ਉਸ ਲੜਕੀ ਚ ਇਨਾ ਜੋਸ਼ ਆ ਜਾਂਦਾ ਕਿ ਸਾਡੇ ਘਰ ਦੇ ਸਾਰੇ ਜੀਵਾਂ ਨੂੰ ਹੁਣ ਜ਼ੋਰ-ਜ਼ੋਰ ਦੇ ਨਾਲ ਦੂਰ-ਦੂਰ ਚੱਕ ਕੇ ਸੱਟ ਦਿੰਦੀ ਆ ਤੇ ਇਸ ਕਰਕੇ ਅਸੀਂ ਬੜੇ ਪਰੇਸ਼ਾਨ ਹ ਕਿਉਂਕਿ ਮੇਨ ਗੱਲ ਇਹ ਆ ਵੀ ਹੁਣ ਬੱਚੀ ਵੀ ਗਾਂ ਬਿਉਣ ਵਾਲੀ ਹੈਗੀ ਆ ਅਗਰ ਇਸ ਜੈਸੀ ਵਿਆਹ ਦੀ ਗੱਲ ਤੋੜ ਦੇ ਰਿਸ਼ਤੇ ਦੀ ਗੱਲ ਤੋੜ ਦੇ ਆ ਫੇਰ ਸਾਨੂੰ ਇਹ ਡਰ ਹੈਗਾ ਵੀ ਸਾਡੀ ਲੜਕੀ ਦੇ ਉਤੇ ਕਿਸੇ ਆਤਮਾ ਔਰ ਖਾਸ ਕਰਕੇ ਪੀਰ ਦੀ ਪਕੜ ਦੇ ਵਿੱਚ ਆ ਤੇ ਕਿਹੜਾ ਕੋਈ ਆਦਮੀ ਆ ਜਿਹੜਾ ਕਸਰવાડી ਲੜਕੀ ਨੂੰ ਆਪਣੇ ਘਰ ਦੇ ਵਿੱਚ ਨਾ ਬਣਾਊਗਾ ਜਦ ਇਹ ਗੱਲ ਜਿਹੜਾ ਪਰਿਵਾਰ ਡਰਦੇ ਡਰਦੇ ਨੇ ਉਸ ਗੁਰ ਸਿੱਖ ਨਾ ਕੀਤੀ ਸੋ ਗੁਰ ਸਿੱਖ ਕਹਿਣ ਲੱਗਾ ਕਿ ਇਹਦਾ ਕਮਾਲ ਦੀ ਗੱਲ ਆ ਵੀ ਤੁਸੀਂ ਤਾਂ ਸਾਰਾ ਟੱਬਰ ਨੰਮਰਤਾਰੀ ਹੈਗੀ ਫਿਰ ਵੀ ਤੁਹਾਡੇ ਉੱਤੇ ਪੀਰ ਆਉਂਦਾ ਹੈਗਾ ਉਹ ਕਹਿਣ ਲੱਗਾ ਕਿ ਮੈਂ ਪੀਰਾਂ ਪੂਰਾ ਨੂੰ ਨਹੀਂ ਜਾਣਦਾ ਹੈਗਾ ਕੋਈ ਪੀਰ ਪੂਰ ਨਹੀਂ ਹੁੰਦਾ ਹੈ ਜਦ ਉਸ ਨੇ ਇਸ ਤਰ੍ਹਾਂ ਦੀ ਗੱਲ ਕੀਤੀ ਤੇ ਨਾਲ ਹੀ ਇਹ ਵੀ ਕਹਿਣ ਲੱਗਾ ਕੋਈ ਗੱਲ ਨਹੀਂ ਅੱਜ ਇਦਾਂ ਕਰੋ ਤੁਸੀਂ ਪੀਰ ਨੂੰ ਆਵਾਜ਼ ਮਨਾਲੋ ਅੱਜ ਮੈਂ ਰਾਤ ਤੁਹਾਡੇ ਘਰ ਜੇ ਰਹਿੰਦਾ ਮੈਂ ਦੇਖੂਗਾ ਕਿ ਕਿਹੜਾ ਪੀਰ ਆਉਂਦਾ ਹੈਗਾ ਯਾਦ ਉਸ ਸਿੱਖ ਨੇ ਬੱਬਰ ਕੇ ਇਹ ਗੱਲ ਸਾਰੇ ਪਰਿਵਾਰ ਨੂੰ ਕਹੀ ਤੇ ਹੁਣ ਦੇਖੋ ਗੱਲ ਕਹਿਣ ਦੇ ਵਿੱਚ ਤਾਂ ਕੱਲ ਬਰਤਨ ਦੇ ਵਿੱਚ ਬੜਾ ਜ਼ਮੀਨ ਅਸਮਾਨ ਦਾ ਫਰਕ ਵਾ ਖੈਰ ਜਦ ਸ਼ਾਮ ਹੋਈ ਉਸ ਇੱਕ ਕਹਿਣ ਲੱਗਾ ਕਿ ਅਸੀਂ ਤਕਰੀਬਨ ਘਰ ਦੇ ਵਿੱਚ ਪ੍ਰਸ਼ਾਦਾ ਪਾਉਣੀ ਸ਼ਕਿਆ ਪ੍ਰਸ਼ਾਦਾ ਪਾਉਣ ਛਕਣ ਤੋਂ ਬਾਅਦ ਆਪ ਸਾਨੀਆਂ ਸੰਗਤਾਂ ਜਾਣਦੀਆਂ ਕਿ ਪੰਜਾਬ ਦੇ ਵਿੱਚ ਜਦੋਂ ਦੁੱਧ ਛਕਣਾਵੇਂ ਨੇ ਰਾਤ ਨੂੰ ਆਮ ਕਰਕੇ ਤਾਂ ਅਸੀਂ ਪ੍ਰਸ਼ਾਦਾ ਪਾਣੀ ਛਕਣ ਤੋਂ ਬਾਅਦ ਅੱਧਾ ਘੰਟਾ ਜਾਂ ਘੰਟੇ ਬਾਅਦ ਸਾਰਾ ਪਰਿਵਾਰ ਦੁੱਧ ਪੀਂਦਾ ਹੈਗਾ ਸੋ ਇਸ ਤਰ੍ਹਾਂ ਉਹ ਪਰਿਵਾਰ ਦੇ ਵਿੱਚ ਜਦ 10:00 ਵਜੇ ਤ ਸਾਰਿਆਂ ਨੇ ਫਿਰ ਜਿਆਦਾ ਦੁੱਧ ਛਕ ਲਿਆ ਦੁੱਧ ਛਕਣ ਤੋਂ ਬਾਅਦ ਉਹ ਪਰਿਵਾਰ ਦੇ ਜੀ ਜਿਹੜੇ ਆ ਉਸ ਨਵੇਂ ਆਏ ਗੁਰਸਿੱਖ ਨੂੰ ਕਹਿਣ ਲੱਗੇ ਵੀ ਪੁਰਾਣੇ ਤੋਂ ਸਾਨੂੰ ਇਹ ਦੱਸ ਕਿ ਤੈਂ ਕਿੱਥੇ ਸੌਣਾ ਹੈਗਾ ਵਿਹੜੇ 'ਚ ਸੌਣਾ ਜਾਂ ਕਿਤੇ ਅੰਦਰ ਸੌਣਾ ਹੈਗਾ ਕਿਉਂਕਿ ਉਹਨਾਂ ਟਾਈਮਾਂ ਦੇ ਵਿੱਚ ਗਰਮੀਆਂ ਦਾ ਦਿਨ ਸੀਗਾ ਸੋ ਉਹ ਗੁਰਸਿੱਖ ਕਹਿਣ ਲਗਾ ਵੀ ਭਾਈ ਮੈਨੂੰ ਬਾਹਰ ਸੌਣ ਦੀ ਲੋੜ ਨਹੀਂ ਚਲ ਇਦਾਂ ਕਰਦੇ ਆ ਜਿੱਥੇ ਤਨ ਤਨ ਸਾਫ ਸਿਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਜਿਸ ਕਮਰੇ 'ਚ ਆ ਨਾ ਮੈਂ ਉੱਥੇ ਸੋਝਾਂਦਾ ਹੈਗਾ ਤੇ ਇਸ ਤਰ੍ਹਾਂ ਤੁਸੀਂ ਕਰੋ ਕਿ ਕੋਈ ਪਤਲੀ ਜਿਹੀ ਚਾਦਰ ਮੈਨੂੰ ਦੇ ਦਿਓ ਤੇ ਪੱਖਾ ਤਾਂ ਉੱਥੇ ਚੱਲਦਾ ਹੀ ਹੈਗਾ ਤੇ ਮੈਂ ਉੱਥੇ ਆਰਾਮ ਨਾਲ ਸੌਂ ਜਾਊਂਗਾ ਉਹ ਕਹਿਣ ਲੱਗੇ ਚਲੋ ਜੀ ਠੀਕ ਆ ਉਸ ਤੋਂ ਬਾਅਦ ਜਦੋਂ 10:30 ਹੋਏ ਉਹ ਜਿਹੜਾ ਸਿੱਖ ਸਿਗਾ ਗੁਰੂ ਗ੍ਰੰਥ ਸਾਹਿਬ ਜੀ ਦੇ ਕਮਰੇ ਦੇ ਵਿੱਚ ਉਹ ਕਹਿਣ ਲੱਗਾ ਕਿ ਜਿਉਂ ਹੀ ਮੈਂ ਉੱਥੇ ਜਾ ਕੇ ਹਜੇ ਬੈਠਾ ਮੱਥਾ ਟੇਕ ਕੇ ਤੇ ਮੱਥਾ ਟੇਕਣ ਤੋਂ ਬਾਅਦ ਕਹਿੰਦੇ ਵੀ ਮੈਂ ਹਜੇ ਕੀਰਤਨ ਸੋਲੇ ਦਾ ਪਾਠ ਸ਼ੁਰੂ ਹੀ ਕੀਤਾ ਤੇ ਜਿਵੇਂ ਕੀਰਤਨ ਸ਼ੋਲੇ ਦਾ ਪਾਠ ਸ਼ੁਰੂ ਕੀਤਾ ਤਾਂ ਕੰਡੇ ਘਰ ਦੇ ਵਿੱਚੋਂ ਜਿਹੜੀ ਲੜਕੀ ਸੀ ਉਹਦੇ ਉੱਤੇ ਉਹ ਪੀਰ ਦੀ ਰੂਹ ਆ ਗਈ ਜਦ ਪੀਰ ਦੀ ਰੂਹ ਆਈ ਉਹ ਲੜਕੀ ਉੱਚੀ ਚੀਕਾਂ ਮਾਰ ਲੱਪੇ ਚੀਕਾਂ ਮਾਰ ਲੱਪੇ ਉਹਦੀਆਂ ਚੀਕਾਂ ਕਿੰਨੇ ਮੇਰੇ ਕਮਰੇ ਵਿੱਚ ਵੀ ਸੁਣ ਤੇ ਉਹਦੇ ਜਿਹੜੇ ਘਰ ਦੇ ਪਰਿਵਾਰ ਸੀ ਉਸ ਨੂੰ ਕਹਿੰਦੇ ਫਨ ਉਹ ਲੜਕੀ ਜਿਹੜੀ ਸੀ ਪਹਿਲੇ ਦੀ ਤਰ੍ਹਾਂ ਆਪਣੇ ਪਰਿਵਾਰ ਦੇ ਮੈਂਬਰ ਨੂੰ ਚੱਕ ਚੱਕ ਕੇ ਮਾਰਿਆ ਕਰੇ ਤੇ ਉਹਦੇ ਵਿੱਚ ਇੰਨਾ ਜੋਸ਼ ਕਿੱਥੋਂ ਆ ਜਾਂਦਾ ਕੋਈ ਸਮਝ ਨਹੀਂ ਸੀ ਆਉਂਦੀ ਉਸ ਤੋਂ ਬਾਅਦ ਫਿਰ ਉਹ ਜਿਹੜੀ ਲੜਕੀ ਸੀ ਚਰਲਾਚ ਲਾ ਕੇ ਇਹ ਕਹੇ ਵੇ ਕਿਹੜਾ ਐਸਾ ਸਿੱਖ ਹੈਗਾ ਜਿਹੜਾ ਮੈਨੂੰ ਇਸ ਘਰ ਦੇ ਵਿੱਚੋਂ ਬਾਹਰ ਕੱਢ ਸਕਦਾ ਹੈ ਕੋਡ ਉਸ ਗੁਰਸਿੱਖ ਨੂੰ ਮੈਂ ਦੇਖਣਾ ਕਿ ਉਹ ਕੌਣ ਹੈਗਾ ਮੈਨੂੰ ਕੱਢ ਕੇ ਦਿਖਾ ਲੈ ਮੇਰੀ ਇਸੇ ਘਰ ਦੇ ਵਿੱਚ ਕਬਰ ਬਣੂਗੀ ਇਸੇ ਘਰ ਦੇ ਵਿੱਚ ਤੁਸੀਂ ਦੀਵਾ ਬੱਤੀ ਕਰੋਗੇ ਚਰਾਗ ਜਗਾਓਗੇ ਤੇ ਮੇਰੀ ਇੱਥੇ ਪੂਜਾ ਕਰੋਗੇ ਕਿਉਂਕਿ ਉਸ ਲੜਕੀ ਦੇ ਵਿੱਚ ਪੀਰ ਦੀ ਰੂਹ ਜਿਹੜੀ ਸੀਗੀ ਜਦ ਆਉਂਦੀ ਸੀ ਉਸ ਤਰ੍ਹਾਂ ਬੋਲਦੀ ਹੁੰਦੀ ਸੀ ਉਹ ਸਿੱਖ ਕਹਿਣ ਲੱਗਾ ਕਿ ਉਹ ਲੜਕੀ ਦੀਆਂ ਚੀਕਾਂ ਨਹੀਂ ਆ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਮੇਰੇ ਕਮਰੇ ਚੋਂ ਸਾਫ਼ ਉੱਚੀ ਉੱਚੀ ਸੁਣਨ ਪਰ ਉਸ ਸਿੱਖ ਕਹਿਣ ਲੱਗਾ ਵੀ ਇੱਕ ਵਾਰੀ ਤਾਂ ਮੇਰਾ ਵੀ ਅੰਦਰ ਜਿਹੜਾ ਸੀ ਪਸੀਨਾ ਛੁੱਟ ਗਿਆ ਤੇ ਮੈਂ ਸੋਚਿਆ ਵੀ ਮੈਂ ਚੰਗਾ ਇਸ ਪਰਿਵਾਰ ਦੇ ਵਿੱਚ ਇੱਕ ਫੜ ਜਾਈ ਮਾਰ ਦਿੱਤੀ ਆ ਅਸਲ ਦੇ ਵਿੱਚ ਤਾਂ ਕਹਾਣੀ ਬੜੀ ਖਰਾਬ ਹੈ ਗਈ ਉਸ ਤੋਂ ਬਾਅਦ ਉਸ ਸਿੱਖ ਕਹਿਣ ਲੱਗਾ ਵੀ ਮੈਂ ਕਾ ਵੀ ਹੁਣ ਕੀ ਕੀਤਾ ਜਾਵੇ ਤੇ ਕੀ ਨਾ ਕੀਤਾ ਜਾਵੇ ਫਿਰ ਕਹਿੰਦੇ ਦੇਖੋ ਮਹਾਰਾਜ ਦਾ ਪ੍ਰਕਾਸ਼ ਹੈਗਾ ਤੇ ਮੇਰੇ ਮਨ ਦੇ ਵਿੱਚ ਇੱਕ ਐਸਾ ਫੁਰਨਾ ਆਇਆ ਉਸ ਫੁਰਨੇ ਦੇ ਵਿੱਚ ਮੇਰੇ ਮਨ ਦੇ ਵਿੱਚ ਇਹ ਵਿਚਾਰ ਆਈ ਵੀ ਤੂੰ ਹੁਣ ਚੌਪਈ ਸਾਹਿਬ ਦਾ ਪਾਠ ਸ਼ੁਰੂ ਕਰ ਉਹ ਸਿੱਖ ਕਹਿਣ ਲਗਾ ਕਿ ਇਹ ਵਿਚਾਰ ਆਉਂਦਿਆਂ ਹੀ ਕਹਿੰਦੇ ਵੀ ਮੈਂ ਚੌਪਈ ਸਾਹਿਬ ਦਾ ਪਾਠ ਸ਼ੁਰੂ ਕਰ ਦਿੱਤਾ ਤੇ ਜਦੋਂ ਪਹਿਲੀ ਪੰਕਤੀ ਪੜ੍ਹੀ ਕਿ ਹਮਰੀ ਕੋ ਰੋ ਹਾਥ ਦੇ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਬ ਚਰਨਨ ਮਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤੀ ਪਾਰਾ ਤੇ ਹਮਰੇ ਦੁਸ਼ਟ ਸਭੇ ਤੁਮ ਕਾ ਆਵੋ ਕਹਿੰਦੇ ਹਜੇ ਮੈਂ ਪੜ ਹੀ ਰਿਹਾ ਸੀਗਾ ਉਹ ਲੜਕੀ ਜਿਹੜੀ ਸੀ ਸਾਰੇ ਪਰਵਾਰ ਨੂੰ ਧੱਕੇ ਦਿੰਦੀ ਕਿੰਦੇ ਉਸ ਕਮਰੇ ਵੱਲ ਵੱਧੀ ਜਿਸ ਕਮਰੇ ਵਿੱਚ ਮੈਂ ਬੈਠਾ ਸੀ ਤੇ ਉੱਚੀ ਜੀ ਕਹਿ ਰਹੀ ਸੀ ਕਿ ਕੱਢੋ ਸਿੱਖ ਨੂੰ ਜਿਹੜੇ ਕਹਿੰਦੇ ਵੀ ਇਹ ਤੁਹਾਨੂੰ ਆਖਿਆ ਹੈਗਾ ਕਿ ਮੈਂ ਦੇਖਦਾ ਉਸ ਪੀੜ ਨੂੰ ਉਹਨਾਂ ਕੇ ਬਾਹਰ ਨਿਕਲ ਕਹਿੰਦੇ ਜਿਹੜਾ ਲੜਕੀ ਉੱਚੀ ਜੀ ਬੋਲਦੀ ਸੀ ਉਹ ਲੜਕੀ ਮੇਰੇ ਕਮਰੇ ਦੀ ਤਰਫ ਆਈ ਉਹ ਉਸਨੇ ਕਹਿੰਨੇ ਮੇਰੇ ਕਮਰੇ ਦੇ ਕੋਲ ਆ ਕੇ ਤੇ ਜਿਹੜਾ ਕਮਰੇ ਦਾ ਦਰਵਾਜ਼ਾ ਸੀਗਾ ਉਸ ਲੜਕੀ ਨੇ ਬੜੇ ਜ਼ੋਰ ਦੀ ਕਹਿੰਦੇ ਉਸ ਦਰਵਾਜ਼ੇ ਨੂੰ ਲੱਤ ਮਾਰੀ ਉਹ ਸਿੱਖ ਕਹਿਣ ਲੱਗਾ ਵੀ ਜੁਨੇ ਜ਼ੋਰ ਦੇਣੀ ਉਹਨੇ ਲੱਤ ਮਾਰੀ ਹਨਾ ਉਸ ਟੈਂਕੈਂਦੇ ਬਹਿ 24 ਹਫ਼ਤਾ ਮੈਨੂੰ ਭੁੱਲ ਗਈ ਕਿ ਮੈਂ ਕੀ ਕਹਿ ਰਿਹਾ ਹੈਗਾ ਕੁਦਰਤੀ ਕਹਿੰਦੇ ਐਸਾ ਗੁਰੂ ਸਾਹਿਬ ਦੀ ਕਿਰਪਾ ਹੋਈ ਜਵੇ ਮਾਨ ਲੱਗਿਓ ਤਵੇ ਉਸ ਜਗ ਐਸੀ ਕਹਿੰਦੇ ਅੰਦਰ ਬੀਰਤਾ ਦੀ ਚੰਗਿਆੜੀ ਮੇਰੇ ਅੰਦਰ ਭੜਕ ਪਈ ਕਹਿੰਦੇ ਮੈਂ ਉਸੇ ਟਾਈਮ ਉੱਠ ਕੇ ਕਹਿੰਦੇ ਬਾਹਰ ਆ ਗਿਆ ਜਦ ਬਾਹਰ ਆ ਗਿਆ ਕਹਿੰਦੇ ਮੈਂ ਆਉਂਦੇ ਸਾਰ ਉਹ ਜਿਸ ਲੜਕੀ ਦੇ ਉੱਤੇ ਪ੍ਰੇਮ ਦਾ ਪਹਿਰਾ ਸੀਗਾ ਉਸ ਵੀਰ ਦਾ ਪਹਿਰਾ ਸੀ ਕਹਿੰਦੇ ਮੈਂ ਆਉਂਦੇ ਸਾਰ ਉਹ ਲੜਕੀ ਦੇ ਬੜੇ ਜ਼ੋਰ ਨਾਲ ਥੱਪੜ ਮਾਰਿਆ ਜਦ ਕਹਿੰਦੇ ਥੱਪੜ ਮਾਰਿਆ ਕਹਿੰਦੇ ਉਹ ਹੀ ਲੜਕੀ ਤਿੰਨ ਚਾਰ ਕਹਿੰਦੇ ਕਿਲਬਲ ਖਾ ਕੇ ਕਹਿੰਦੇ ਬੜੇ ਜੋਰ ਨਾਲ ਪਿੱਛੇ ਡਿਗ ਗਈ ਜਦ ਕਹਿੰਦੇ ਕਿਲਬਲੀਆਂ ਖਾਂਦੀ ਪਿੱਛੇ ਡਿਗ ਗਈ ਤੇ ਕਹਿੰਦੇ ਮੈਂ ਉਹਨੂੰ ਕਿਹਾ ਮੈਂ ਕਹਾ ਦਸ ਤੂੰ ਕੌਣ ਕੌਣ ਆ ਤੂੰ ਕਹਿਣ ਵਾਲਾ ਇਨੀ ਗੱਲ ਕਹਿੰਦੇ ਜਦ ਇਨੀ ਗੱਲ ਹੋਈ ਤਾਂ ਕਹਿੰਦੇ ਵੀ ਉਹ ਲੜਕੀ ਦੇ ਵਿੱਚੋਂ ਉਹ ਪੀਰ ਬੋਲ ਪਿਆ ਕਹਿੰਦਾ ਵੀ ਮੈਂ ਇਸ ਘਰ ਦਾ ਮਾਲਕ ਕਹਿੰਦੇ ਵੀ ਮੈਂ ਕਿਹਾ ਵੀ ਤੂੰ ਮਾਲਕ ਕਿਦਾਂ ਹੈਗਾ ਇਹ ਘਰ ਤਾਂ ਗੁਰਸਿੱਖਾਂ ਦਾ ਹੈਗਾ ਇਹ ਨਹੀਂ ਤਾਂ ਅਮਰ ਸ਼ਾਹ ਕਿਹਾ ਹੈਗਾ ਤੂੰ ਇੱਥੇ ਕਿਵੇਂ ਆ ਗਿਆ ਹੈ ਤੂੰ ਕਿਵੇਂ ਕਹਿਂਦਾ ਹੈ ਕਿ ਅਭੀ ਇਸ ਘਰ ਦੇ ਵਿੱਚ ਜਗ੍ਹਾ ਮੇਰੀ ਬਣੂਗੀ ਇੱਥੇ ਚਿਰਾਗ ਹੋਣਗੇ ਇੱਥੇ ਮੇਰੀ ਪੂਜਾ ਹੋਗੀ ਇੱਥੇ ਰੋਟ ਚੜਨਗੇ ਇਹ ਤੂੰ ਕਿਦਾਂ ਕਹਿ ਤੀ ਤੇਰੀ ਜ਼ਰਤ ਕਿਵੇਂ ਹੋਈ ਉਸ ਸਿੰਘ ਕਹਿਣ ਲੱਗਾ ਕਿ ਜੋਦੋਂ ਮੈਂ ਜੋਸ਼ ਦੇ ਵਿੱਚ ਉਸ ਨੂੰ ਕਹਿੰਦੇ ਇਸ ਤਰ੍ਹਾਂ ਦੀ ਗੱਲ ਕੀਤੀ ਤੇ ਉਹ ਕਹਿਣ ਲੱਗਾ ਕਿੰਦਾ ਵੀ ਇਹਨਾਂ ਨੂੰ ਪੁੱਛੋ ਕਹਿੰਦੇ ਜਾਨੀ ਨੇ ਕਹਿੰਦੇ ਮੈਂ ਕਿਹਾ ਇਹਨਾਂ ਨੂੰ ਕੀ ਪੁੱਛਣਾ ਹੈ ਤੇ ਗੁਰੂ ਦੇ ਸਿੱਖ ਵਾ ਤੇ ਕਹਿੰਦੇ ਫੇ ਉਹ ਜਿਹੜੀ ਰੂਹ ਸੀ ਨਾ ਉਸ ਪੀਰ ਦੀ ਉਹ ਲੜਕੀ ਦੇ ਵਿੱਚੋਂ ਬੋਲੀ ਉਹ ਕਹਿਣ ਲੱਗਾ ਬੇ ਗੱਲ ਇਹ ਗੁਰੂ ਦੇ ਸਿੱਖ ਨਹੀਂ ਹੈਗੇ ਆ ਇਹ ਮੇਰੇ ਸੇਕਫਾ ਮੇਰੇ ਸੇਵਕਾਂ ਇਹਨਾਂ ਨੂੰ ਪੁੱਛ ਹਰੇਕ ਬੀਰ ਬਾਰ ਜਾ ਕੇ ਇਹ ਮੇਰੀ ਜਗ੍ਹਾ ਦੇ ਉੱਤੇ ਚਿਰਾਗ ਜਗਾਉਂਦੇ ਆ ਉੱਥੇ ਰੋਟ ਦੇ ਦਿੰਦੇ ਆ ਝਾੜੂ ਮਾਰਦੇ ਸੇਵਾ ਕਰਦੇ ਆ ਇਸ ਕਰਕੇ ਮੇਰੇ ਆ ਇਹ ਕੋਈ ਹੋਰ ਕਿਸੇ ਦਾ ਸਿੱਖ ਨਹੀਂ ਹੋ ਸਕਦੇ ਜਦ ਇੰਨੀ ਗੱਲ ਕਹਿਣ ਦੀ ਢੇਰ ਉਹ ਸਿੱਖ ਕਹਿਣ ਲੱਗਾ ਵੀ ਉਸ ਪੀੜ ਦੀ ਕਹੀ ਵਹੀ ਗੱਲ ਕਿੰਦੇ ਮੇਰੇ ਉਤੇ ਐਸਾ ਅਸਰ ਕਰ ਗਿਆ ਕਿ ਕਿੰਨੇ ਮੈਂ ਸਾਰੇ ਘਰ ਦੇ ਜਿਹੜੇ ਖੜੇ ਸੀ ਹੱਥ ਜੋੜ ਕੇ ਕੰਬਦੇ ਸੀਗੇ ਕਿੰਦੇ ਮੈਂ ਕਿਹਾ ਉਹਨਾਂ ਨੂੰ ਉਸੇ ਟੈਂਪੋ 'ਚ ਮੈਂ ਕਿਹਾ ਵੀ ਤੁਸੀਂ ਸਾਝੇ ਦੱਸੋ ਇੱਕ ਪਾਸੇ ਤੋਂ ਅਸੀਂ ਅਮਰਿਸ਼ਾਕੇ ਉੱਤੇ ਸ੍ਰੀ ਸਾਭਾ ਪਾਈਆਂ ਆਪਾਂ ਨੂੰ ਸਿੱਖ ਹੁੰਦੇ ਆ ਤੇ ਦੂਜੇ ਪਾਸੇ ਤੋਂ ਅਸੀਂ ਕਬਰਾਂ ਨੂੰ ਪੂਜਦੇ ਆ ਇਹ ਕਬਰਾਂ ਵਾਲਾ ਪੀਰ ਸਹੀ ਕਹਿ ਰਿਹਾ ਹੈਗਾ ਜਦ ਇੰਨੀ ਗੱਲ ਹੋਈ ਤਾਂ ਕਿੰਨੇ ਸਾਰੇ ਘਰ ਦੇ ਉੱਤੇ ਚੀਂ ਰੋਣ ਲੱਗ ਪਏ। ਉਹ ਸੰਗ ਕਹਿਣ ਲੱਗਾ ਕਿ ਮੈਨੂੰ ਕਹਿਣ ਲੱਗੇ ਵੀ ਤੂੰ ਜਿੰਮੇ ਵੀ ਕਰ ਸਾਨੂੰ ਛੱਡਾ ਦੇ। ਅਸੀਂ ਮੁੜ ਕੇ ਇਸ ਪੀਰ ਦੀ ਕਬਰ ਤੇ ਨਹੀਂ ਜਾਵਾਂਗੇ ਕਿਵੇਂ ਜਿੰਮੇ ਵੀ ਕਿਵੇਂ ਤੂੰ ਸਾਡਾ ਇਸ ਪੀਰ ਤੋਂ ਪਛਾੜਾ ਛੱਡਾ ਦੇ। ਕਿੰਨੇ ਜਦ ਇੰਨੀ ਗੱਲ ਹੋਈ ਤਾਂ ਫਿਰ ਉਹ ਸੰਗ ਕਹਿਣ ਲੱਗਾ ਕਿ ਫਿਰ ਮੈਂ ਉਸ ਲੜਕੀ ਨੂੰ ਆਖਿਆ। ਮੈਂ ਕਿਹਾ ਗੱਲ ਸੁਣ ਲੈ ਇੱਕ ਹੁਣ ਤਾਂ ਤੂੰ ਆ ਗਿਆ। ਅਗਰ ਅੱਗੇ ਤੂੰ ਤੂੰ ਇਸ ਘਰ ਦੇ ਵਿੱਚ ਆਇਆ ਵੀ ਜਦ ਕਦੀ ਤੇ ਸੋਚਿਆ ਵੀ ਕਿ ਮੈਂ ਇਸ ਘਰ ਦੇ ਵਿੱਚ ਆਉਂਗਾ ਤਾਂ ਮੈਂ ਤੇਰਾ ਉਹ ਹਾਲ ਕਰੂੰਗਾ ਕਿ ਤੂੰ ਸਾਰੀ ਉਮਰ ਚੇਤੇ ਕਰੂੰਗਾ ਉਹ ਖਾਸ ਕਰਕੇ ਜਿਹੜੀ ਤੇਰੀ ਜਗ੍ਹਾ ਕਬਰ ਹੈਗੀ ਜਿਹਨੂੰ ਲੋਕੀ ਪੂਜਦੇ ਹਨਾ ਤੇ ਕਹਿੰਦੇ ਮੈਂ ਉਹ ਤੇਰੀ ਜਗ੍ਹਾ ਕਬਰ ਉਹ ਵੀ ਸਾਰੀ ਜਿਹੜੀ ਆ ਪੱਟ ਕੇ ਦੋ ਥਾਂ ਕਰ ਦੂੰਗਾ ਉਸ ਸਿੰਘ ਕਹਿੰਨੇ ਕਿ ਜਦੋਂ ਮੈਂ ਜੋਸ਼ ਦੇ ਵਿੱਚ ਇਹ ਗੱਲ ਕੀਤੀ ਬਸ ਫੇਰ ਕੀ ਸੀ ਕਹਿੰਦੇ ਉਹ ਚੁੰਬੜਿਆ ਹੋਇਆ ਪੀਰ ਉਸ ਕੁੜੀ ਦੇ ਵਿੱਚੋਂ ਕਹਿੰਦੇ ਵੀ ਇਸ ਤਰ੍ਹਾਂ ਕੰਬਣ ਲੱਗ ਪਿਆ ਜਿਵੇਂ ਕਹਿੰਦੇ ਮੱਛੀ ਜਿਹੜੀ ਆ ਉਹ ਪਾਣੀ ਤੋਂ ਬਾਹਰ ਨਿਕਲ ਕੇ ਕਹਿੰਦੇ ਉਹ ਤੜਫਦੀ ਹੁੰਦੀ ਆ ਉਸ ਤੋਂ ਬਾਅਦ ਕਹਿੰਦੇ ਸਾਰੇ ਪਰਿਵਾਰ ਨੇ ਕੀ ਦੇਖਿਆ ਉਹ ਲੜਕੀ ਜਿਹੜੀ ਸੀ ਪੂਰੀ ਤਰ੍ਹਾਂ ਕੰਬਣ ਲੱਗ ਪਈ ਜਦ ਕਹਿੰਦੇ ਕੰਬਣ ਲੱਪੇ ਕੰਬਦੀ ਕੰਬਦੀ ਕਹਿੰਦੇ ਫਿਰ ਉਹ ਜਿਹੜੀ ਸੀ ਬਹੋਸ਼ ਹੋ ਕੇ ਪਿੱਛੇ ਨੂੰ ਡਿੱਗ ਪਈ ਤਾਂ ਫਿਰ ਸਹਿੰਗ ਕਹਿਣ ਲੱਗੇ ਕਿ ਮੈਨੂੰ ਜਿਸ ਤੋਂ ਪਤਾ ਲੱਗ ਗਿਆ ਕਿ ਉਹ ਜਿਹੜੀ ਰੂਹ ਸੀ ਉਸ ਪੀਰ ਦੀ ਇਸ ਲੜਕੀ ਦੇ ਸਰੀਰ ਨੂੰ ਛੱਡ ਕੇ ਹੁਣ ਸਦਾ ਵਾਸਤੇ ਚਲ ਗਈ ਆ ਉਸ ਤੋਂ ਬਾਅਦ ਕਹਿੰਦੇ ਦੇਖੋ ਮੈਂ ਕਹਿੰਦੇ ਫੇ ਉਹ ਆਪਣੇ ਘਰ ਨੂੰ ਫੋਨ ਮਾਰਿਆ ਸਿੰਘ ਕਹਿਣ ਲਗਾ ਜਦ ਕਹਿੰਦੇ ਘਰ ਨੂੰ ਫੋਨ ਮਾਰਿਆ ਮੈਂ ਘਰ ਸੁਨੇਹਾ ਦਿੱਤਾ ਵੀ ਇਸ ਤਰ੍ਹਾਂ ਕਰੋ ਗੱਡੀ ਲੈ ਕੇ ਹੁਣੇ ਆਵੋ ਜਦੋਂ ਕਿਨੇ ਵੀ ਮੈਂ ਘਰ ਨੂੰ ਸੁਨੇਹਾ ਦਿੱਤਾ ਵੀ ਗੱਡੀ ਲੈ ਕੇ ਇੱਥੇ ਹੁਣੇ ਸੰਗਰੂਰ ਪਹੁੰਚੋ ਤਾਂ ਫਿਰ ਕਹਿੰਦੇ ਵੀ ਮੇਰਾ ਪਰਿਵਾਰ ਰਾਂ ਲੱਗਾ ਵੀ ਐਸਲੇ ਰਾਤ ਨੂੰ ਕੀ ਗੱਲ ਹੋਈ ਕਿਨੇ ਮੈਂ ਕਿਹਾ ਕੋਈ ਗੱਲ ਨਹੀਂ ਤੁਸੀਂ ਗੱਡੀ ਲੈ ਕੇ ਪਹੁੰਚੋ ਮੈਂ ਤੁਹਾਨੂੰ ਬਾਅਦ ਵਿੱਚ ਦੱਸਾਂਗਾ ਉਸ ਤੋਂ ਬਾਅਦ ਫਿਰ ਹੁਸੈਨ ਕਹਿਣ ਲੱਗੇ ਵੀ ਮੈਂ ਸਾਰੇ ਪਰਿਵਾਰ ਨੂੰ ਇਹ ਆਖਿਆ ਕਿ ਤੁਸੀਂ ਇਸ ਤਰ੍ਹਾਂ ਕਰੋ ਹੁਣੇ ਸਾਰਾ ਪਰਿਵਾਰ ਕੀਸੀ ਇਸ਼ਨਾਨ ਕਰੋ ਨਵੇਂ ਵਸਤਰ ਪਹਿਨੋ ਤਾਂ ਆਪਾਂ ਹੁਣ ਕਿਤੇ ਜਾਣਾ ਹੈਗਾ ਕਿੰਨੇ ਜਦ ਇਨੀ ਕਹਿਣ ਦੀ ਡੇਰ ਸੀ ਕਿੰਨੇ ਸਾਰੇ ਬੜੇ ਹੈਰਾਨ ਵੀ ਹੋਏ ਪਰ ਕਿੰਦੇ ਵੀ ਕਿਸੇ ਨੇ ਵੀ ਮੇਰੀ ਗੱਲ ਦਾ ਕੋਈ ਸਵਾਲ ਨਹੀਂ ਕੀਤਾ ਇਸ ਦੇ ਉੱਤੇ ਉਸ ਤੋਂ ਬਾਅਦ ਕਿੰਨੇ ਸਾਰੇ ਪਰਿਵਾਰ ਨੇ ਕੀਸੀ ਇਸ਼ਨਾਨ ਕੀਤਾ ਨਵੇਂ ਵਸਤਰ ਪਹਿਨੇ ਤਾਂ ਸਿੰਕਰ ਲਗਾ ਜਾਨ ਨੂੰ ਜੇ ਆਪਣੇ ਮੈਂ ਘਰਦਿਆਂ ਨੂੰ ਗੱਡੀ ਦਾ ਕਿਆ ਸੀ ਉਹ ਵੀ ਰਾਤ ਨੂੰ ਗੱਡੀ ਲੈ ਕੇ ਪਹੁੰਚੇ ਫਿਰ ਕਿੰਨੇ ਮੈਂ ਸਾਰੇ ਪਰਿਵਾਰ ਨੂੰ ਗੱਡੀ ਦੇ ਵਿੱਚ ਬਿਠਾ ਲਿਆ ਤੇ ਕਹਿੰਦੇ ਫੇਰ ਰਾਤ ਤੋੜਾਤਾ ਸੀ ਹਨਾ ਨੰਦਪੁਰ ਸਾਹਿਬ ਸਵੇਰੇ ਤੱਕ ਐਨ ਤੜਕੇ ਤੱਕ ਪਹੁੰਚ ਗਏ ਜਦੋਂ ਸੰਗਰੂਰ ਤੋਂ ਨੰਦ ਨੰਦਪੁਰ ਸਾਹਿਬ ਪਹੁੰਚੇ ਉਸ ਤੋਂ ਬਾਅਦ ਉਹ ਸਿੰਘ ਕਹਿਣ ਲੱਗੇ ਕਿ ਮੈਂ ਫੇਰ ਪੰਜਾਬ ਪਿਆਰਿਆਂ ਦੇ ਨਾਲ ਉੱਥੇ ਗੱਲ ਕੀਤੀ ਗੱਲ ਕਰਨ ਤੋਂ ਬਾਅਦ ਇਸ ਹਾਰੀ ਘਟਨਾ ਦਾ ਜਿਹੜਾ ਜ਼ਿਕਰ ਸੀਗਾ ਇਹ ਨੰਦਪੁਰ ਸਾਹਿਬ ਪੰਜਾਬ ਪਿਆਰਿਆਂ ਨਾਲ ਸੰਝਾ ਕੀਤਾ ਉਸ ਤੋਂ ਬਾਅਦ ਕਹਿੰਦੇ ਫੇਰ ਸਾਰੇ ਪਰਿਵਾਰ ਨੇ ਦੁਬਾਰਾ ਅਮਰਿਸ਼ਕਿਆ ਦੁਬਾਰਾ ਅਮਰਿਸ਼ਕਿਆ ਫੇਰ ਕਹਿੰਦੇ ਪੰਜਾਬ ਪਿਆਰਿਆਂ ਨੇ ਇਸ ਪਰਿਵਾਰ ਦੀ ਜਿਹੜੀ ਅਰਦਾਸ ਸੀ ਕਲਗੀਧਰ ਮਰਦੇ ਚਰਨਾਂ 'ਚ ਕੀਤੀ ਉਸ ਤੋਂ ਬਾਅਦ ਕਿੰਨੇ ਸਾਰਾ ਪਰਿਵਾਰ ਜਿਹੜਾ ਸੀ ਸੁਰੱਖਰੂ ਹੋ ਗਿਆ ਤੇ ਉਹ ਸਿੰਘ ਦੱਸਦੇ ਸੀ ਵੀ ਉਹ ਦਿਨ ਜਾਵੇ ਅੱਜ ਦਾ ਆਵੇ ਉਸ ਤੋਂ ਬਾਅਦ ਉਹ ਜਿਹੜਾ ਜਗਾ ਵਾਲਾ ਪੀਰ ਸੀਗਾ ਹਨ ਇਸ ਘਰ ਦੇ ਵਿੱਚ ਮੋੜ ਨਹੀਂ ਆਇਆ ਇਸ ਤਰ੍ਹਾਂ ਦੀ ਕੋਈ ਘਟਨਾ ਨਹੀਂ ਵਾਪਰੀ ਉਸ ਤੋਂ ਬਾਅਦ ਜਿਹੜੀ ਬੱਚੀ ਸੀ ਉਹ ਵੀ ਇੱਕ ਵਧੀਆ ਪਰਿਵਾਰ 'ਚ ਵਿਆਹੀ ਗਈ ਤਾਂ ਅੱਜ ਉਸ ਬੱਚੀ ਦੇ ਜਿਹੜੇ ਹਨ ਉਹ ਤਿੰਨ ਬੱਚੇ ਆ ਬੜੇ ਆਪਣੇ ਘਰ ਦੇ ਵਿੱਚ ਵਸਦੀ ਰਸਦੀ ਹੈਗੀ ਆ ਤੇ ਹੁਣ ਕੋਈ ਚਿੰਤਾ ਵਾਲੀ ਗੱਲ ਨਹੀਂ ਸੋ ਕਹਿਣ ਤੋਂ ਪਾਵੇ ਹੈਗਾ ਕਿ ਜੋ ਸਾਨੂੰ ਦਸ਼ਮੇਸ਼ ਪਿਤਾ ਜੀ ਨੇ ਆਖਿਆ ਹਨ ਕਿ ਜਾਗਤ ਜੋਤ ਜਪੇ ਨਿਸਵਾਸਰ ਏਕ ਬਿਨਾ ਮਨ ਨੈਕ ਨਾਨ ਨੇ ਪੂਰਨ ਪ੍ਰੇਮ ਪ੍ਰਤੀਤ ਸਜੇ ਵਰਤ ਗੋੜ ਮੜੀ ਮਠਪੂਲ ਨਾ ਮਾਨੇ तीर्थ नान दया तप संजम एक बनाना एक पहचाने जागृत ज्योत जगे कट में तब خالص ਤਹਨ خالص ਜਾਣੇ ਇਸ ਤੇ ਪੂਰਨ ਪਹਿਰਾ ਦੇਣਾ ਚਾਹੀਦਾ ਹੈਗਾ ਸੋ ਜਿਹੜੇ ਪਹਿਰਾ ਦਿੰਦੇ ਹਨ ਉਹਨਾਂ ਉੱਤੇ ਹੀ ਕਲਗੀਧਰ ਮਰਦਾ ਖੱਤ ਜਿਹੜਾ ਉਹ ਸਦਾ ਰਹਿੰਦਾ ਹੈਗਾ ਤੇ ਉਹਨਾਂ ਦੇ ਹੀ ਲੋਕ ਪਰਲੋਕ ਸਬਰਦੇ ਆ ਸੋ ਦੱਸ ਇੰਨੀਆਂ ਹੀ ਬੇਨਤੀਆਂ ਕਰਦਾ ਹੋਇਆ ਖਿਮਾ ਦਾ ਜਾਚਕਾ ਜੀ ਹੋਈਆਂ ਬਿਆੰਤ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਸੋ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ